ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਦਲਮੇਗ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਪੱਧਰ ਦਿਨੋ ਦਿਨ ਹੇਠਾਂ ਡਿੱਗਦਾ ਜਾ ਰਿਹਾ ਅਤੇ ਨਾਲ ਲੋਕਾਂ ਦੀ ਵਿਚਾਰਧਾਰਾ ਵਿੱਚ ਦਿਨੋ ਦਿਨ ਗਿਰਾਵਟ ਆ ਰਹੀ ਹੈ। ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਕੋਈ ਵਿਚਾਰਧਾਰਾ ਨਹੀਂ ਰਹੀ ਅਤੇ ਕਿਹਾ ਜੇਕਰ ਇੱਕ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਨੇ। ਉਮੀਦਵਾਰ ਰਿਪੀਟ, ਕਿਹੜਾ ਉਮੀਦਵਾਰ ਜਿੱਤ ਸਕਦਾ? ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਲੀਡਰ ਸਾਹਿਬਾਂ ਨਾਲ ਪਾਰਟੀਆਂ ਬਦਲ ਰਹੇ ਨੇ। ਮੌਜੂਦਾ ਵਿਚਾਰਧਾਰਕ ਜਿਹੜੀ ਗਿਰਾਵਟ ਹੈ ਉਹ ਇਸ ਪੱਧਰ ਤੱਕ ਆ ਗਈ ਹੈ ਕਿ ਨਾ ਤਾਂ ਪੋਲੀਟੀਕਲ ਪਾਰਟੀਆਂ ਦੀ ਵਿਚਾਰਧਾਰਕ ਪਰਪੱਕਤਾ ਉਹ ਕਿਸੇ ਨਾਲ ਬੱਝੇ ਰਹੇ ਨੇ, ਕਿਉਂਕਿ ਉਹਨਾਂ ਦਾ ਪੈਮਾਨਾ ਵੀ ਕੇਵਲ ਵਿਨਿੰਗਬਿਲਟੀ ਰਹਿ ਗਿਆ ਕਿ ਕਿਹੜਾ ਕੈਂਡੀਡੇਟ ਜਿੱਤ ਸਕਦਾ। ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਕਿਹਦੀ ਕੀ ਵਿਚਾਰਧਾਰਾ ਬੰਦੇ ਦੀ। ਉੱਧਰ ਕੈਂਡੀਡੇਟਾਂ ਦਾ ਵੀ ਕੋਈ ਵਿਚਾਰਧਾਰਕ ਕਿਸੇ ਨਾਲ ਪ੍ਰਤੀਬੱਧਤਾ ਨਹੀਂ ਰਹੀ। ਉਹਨਾਂ ਨੂੰ ਇਹ ਲੱਗਦਾ ਕਿ ਜੇ ਉਧਰੋਂ ਨਹੀਂ ਮਿਲਦੀ ਭੇਟ ਤਾਂ ਉਧਰੋਂ ਲੈ ਲਓ, ਤੇ ਉਹ ਵੀ ਰੋਜ਼ ਚੇਂਜ ਹੋ ਰਹੇ ਨੇ ਕਿ ਕੋਈ ਕਿਧਰੇ ਜਾ ਰਿਹਾ ਕੋਈ ਕਿਧਰੇ ਜਾ ਰਿਹਾ। ਬਿਲਕੁਲ ਜਿਵੇਂ IPL ਦੇ ਖਿਡਾਰੀ ਹੁੰਦੇ ਨੇ ਕਿ ਅੱਜ ਕੋਈ ਚੇਨਈ ਸੁਪਰ ਕਿੰਗ ਚ ਖੇਡ ਰਿਹਾ ਤੇ ਦੂਜੇ ਦਿਨ ਉਹ ਕਲਕੱਤੇ ਚ ਖੇਡ ਰਿਹਾ, ਬਿਲਕੁਲ ਇਹੋ ਜਿਹੀ ਹਾਲਤ ਪੋਲੀਟੀਕਲ ਲੋਕਾਂ ਦੀ ਹੋ ਗਈ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।